बिलकुल बच्चे दुध पाया तो धारा मार्ग सूट चेक।
दूसरा जो कुछ है कर्म वाली जी बिल्कुल जी को किसी भी भरा पसंद आवेगी ना। हाँ जी, वो वीडियो तो बाद जो चवाई होनी है थोड़े को पूछ लवे कि पहली चवाई से जी पूरी है ना ये मजी को किन्नी चवाई है ते चिट्टा निशान जो लिबास से है ना वो भी भरावान ने चेक कर लेना अखा भी दोवे जो ना ये चीज चेक करनिया ने एक जी मगर कट्टा तो कट्टी है मगर जी कट्टा है अपनी सारिया मझा दखा चिटिया ने सिर्फ एक माई की अख काली ठीक हो गया जी दूजिया सारिया दठा दठा दिटिया जी बिल्कुल जो ना चिट्टिया अखा है जो सब नंबर एक सोवा जेड़ा ना जे तीसरा मगर कट्टा दे पहली चवाई जेड़ी है ना वो इसी करनी है ते लिबास ते थड़ जेड़ा ना ते दी तसल्ली बलाल ने करा सकनी है ते भरावां ने चेक कर लेनी है कैमरे दी अख नाल भाई सब बिस्मिल्लाह पढ़ो जे नंबर एक किसी भरा नु पसंद आवे ना ते किन्ने दी माई दे सकनी है भाई निशान है जे तू भाई नीली पार वाले मुल्ल आई है ते फिर ते अपने को काम है औखा ठीक है ठीक है जी जिन्ने जिन्ने जापी मुल्ल आ ठीक हो गया सारा लासा जेड़ी माजी ना कोई ਨਹੀਂ ਕਰਨਾ ਮੁੱਲ ਤੇ ਕੋਈ ਥੋੜਾ ਨਹੀਂ ਕਰਨਾ 3 ਲੱਖ ਤੇ 95,000 ਦੀ ਮਾਈ ਦੀ ਵੈਰੀ ਗੁੱਡ ਜੀ ਜਿਹੜੇ ਪੈਸੇ ਲੈਣੇ ਨੇ ਜਿਹੜੇ ਪੈਸੇ ਲੈਣੇ ਨੇ 3,95,000 ਦੀ ਇੱਕ ਗੱਲ ਹੈ ਸਾਡੀ ਮੱਝ 40 ਤੋਂ ਬਾਅਦ ਜੇ ਜਿਹੜਾ ਖੜੇ ਉਹ ਰਾਜ਼ੀ ਨਾ ਕਰੇ ਤੇ ਅਸੀਂ ਵਾਪਸ ਲੈਣ ਨੂੰ ਵਿਚਾਰ ਆ ਐਸੇ ਚੈਨਲ ਤੇ ਜੇ ਕੋਈ ਨਾ ਵਾਪਸ ਮਾਈ ਲਈਏ ਦੁੱਧ ਨਾ ਦੇ ਦੇ ਜੀ ਠੀਕ ਹੈ ਘਰ ਜਾ ਕੇ ਪੈਸੇ ਦਿਆਂ ਦੇ ਇਸ ਗੱਲ ਦੀ ਗਰੰਟੀ ਵੈਰੀ ਗੁੱਡ ਜੀ ਲੋ ਜੀ ਜਿੱਥੇ ਵੀ ਜਾਏ ਮੱਝ ਵਸੇ ਵੀ ਮੱਝ ਵਸੇ ਦੀ ਇਨਸ਼ਾ ਅੱਲਾ ਆਪਣੀ ਮੱਝ ਦੀ ਹੱਡੀਆਂ ਕੁੱਟਾ ਪੁੱਠਾ ਧੁੰਦੀ ਕੋਰੀ ਹਰ ਸ਼ਾਇ ਵੱਖੋ ਵੱਖ ਨਸਲਾਂ ਦੇ ਤੇ ਬੇਨਸਲੀਆਂ ਦੇ ਆਪੇ ਹੀ ਬੰਦੇ ਪੈਦਾ ਜੀ ਬਿਲਕੁਲ ਸਾਨੂੰ ਇੰਨੀਆਂ ਸਿਫਤਾਂ ਕਰਨ ਦੀ ਲੋੜ ਹੀ ਕੋਈ ਸਿਫਤ ਅੱਲਾ ਦੀ ਜਿਹੜੇ ਅੱਲਾ ਨੇ ਨਾ ਜੇ ਬੀਤੀ ਜੀ ਬਿਲਕੁਲ ਜੀ ਇਹ ਮਾਲ ਹੈ ਮਾਲ ਹੈ ਸਿਫਤ ਭਰਾਵਾਂ ਨੇ ਆਪ ਹੀ ਕਰਨੀ ਹੈ ਜਿਹੜੇ ਭਰਾ ਨੂੰ ਪਤਾ ਉਹ ਆਪ ਹੀ ਪਿਆ ਕਰੇਗਾ ਜੀ ਬਿਲਕੁਲ ਲਿਓ ਜੀ ਅੱਗੇ ਕੋਲੋ ਜੀ ਨੰਬਰ ਜਿਹੜੀ ਇਹਨੇ ਜੀ ਦੋਲੋ ਜੀ ਨੰਬਰ ਇੱਕ ਜਿਸ ਭਰਾ ਨੂੰ ਪਸੰਦ ਆਵੇ ਨਾ ਤੇ 3,000 ਰੁਪਏ ਦੀ ਜਿਹੜਾ ਮਾਜ ਹੈ ਨਾ ਇਹ ਦੇ ਸਕਦੇ ਲੋ ਜੀ ਅੱਗੇ ਆ ਗਈ ਜੀ ਨੰਬਰ ਜਿਹੜੀ ਹੈ ਨਾ ਜੀ ਦੋ ਝੋਟੀ ਮਾਸ਼ਾਅੱਲਾ ਨਸਲ ਜਿਹੜੀ ਹੈ ਨਾ ਇਹ ਝੋਟੀ ਦੇ ਚੈੱਕ ਕਰਨੀ ਹੈ ਲਾਮ ਚੈੱਕ ਕਰਨਾ ਭਈ ਯੂਸਫ ਸਵੇਰ ਕੇ ਲਿਆ ਜੇ ਝੋਟੀ ਇਹਨੇ ਭਾਈ ਸ਼ਾਨ ਗਰੰਟੀ ਨਾਲ ਪਹਿਲਣੇ ਇਹ ਪਹਿਲਣੇ ਪਹਿਲਣੇ ਗਰੰਟੀ ਨਾਲ ਅੱਲਾ ਤੇ ਅੱਲਾ ਦੇ ਹੁਕਮ ਦੇ ਨਾਲ ਪਹਿਲਣੇ ਝੋਟੀ ਠੀਕ ਹੈ ਇਹ ਤੇ ਮਗਰ ਕੱਟਾ ਜੇ ਨਾ ਚਾ ਜਾਨੂੰ ਤੇ ਕੱਟਾ ਇਹਦਾ ਬੱਚਾ ਬਹਾਨੇ ਆ ਇਹਦੀ ਹੁਣ 10ਵੀਂ ਚਵਾਈ ਸ਼ਾਮ ਨੂੰ ਹੋਣੀ ਹੈ ਠੀਕ ਹੋ ਗਿਆ ਜੀ ਠੀਕ ਹੈ ਜੀ ਨੌ ਚਵਾਈਆਂ ਹੋਈਆਂ ਨੌ ਚਵਾਈਆਂ ਹੋਈਆਂ ਨੇ 10ਵੀਂ ਚਵਾਈ ਹੋਣੀ ਹੈ ਠੀਕ ਹੈ ਤੇ ਅੱਲਾ ਮੇਰੇ ਦੇ ਹੁਕਮ ਦੇ ਨਾਲ ਨਾ ਜਿਹੜਾ ਬੰਦਾ ਝੋਟੀ ਲੈਦਾ ਨਾ ਪਹਿਲਾਂ ਥਲਿਓ ਚੁਆਇਆ ਜ਼ਰੂਰ ਹੋਣ ਤੇ ਬਰਲ ਘੱਟ ਥਲਿਓ ਚੁਆਇਆ ਹੋਵੇ ਠੀਕ ਹੋ ਗਿਆ ਜੀ ਇਹ ਜਿਹਦੀ ਚੁਆਈ ਹੈ ਇਹ ਜਿਹਦੀ ਚੁਆਈ ਵੀ ਹੋਵੇ ਦੀ ਤੇ ਬੋੜਾ ਜਿਹੜਾ ਨਾ ਇਥੋਂ ਸਾਡੇ ਡੇਰੇ ਤੋਂ 15 ਕਿਲੋ ਪੂਰਾ ਪਹਿਲਾਂ ਦਾ ਕਰਕੇ ਵੈਰੀ ਗੁੱਡ ਜੀ ਪਹਿਲਾਂ ਝੋਟੀ ਕੋਲੇ 15 ਕਿਲੋ ਜਿਸ ਭਰਾ ਦਾ ਦਿਲ ਕਰਦਾ ਨਾ ਆ ਕੇ ਆਪਣੀ ਤਸੱਲੀ ਕਰਕੇ ਤੇ ਫੇਰ ਜਿਹੜਾ ਨਾ ਇਹ ਝੋਟੀ ਲੈ ਕੇ ਜਾਏ ਉਹ ਜਾਣ ਦੇਣਾ ਜਾਨੂ ਉਹ ਤੇ ਪਤੋ ਤੇ ਕੋਈ ਬਲਾ ਜਿਹੜਾ ਨਾ ਇਹ ਬੁਹਾਇਆ ਤੇ ਬੱਚਾ ਵੀ ਜਿਹੜਾ ਨਾ ਪੂਰਾ ਬੋਲ ਕੇ ਵੇਖ ਲੈਣਾ ਕਿ ਕੱਟ ਜਾਏ ਕਿ ਕੱਟੀ ਹੈ ਤਾਂ ਕਿ ਉਹ ਵੀ ਤਸੱਲੀ ਜਿਹੜੀ ਹੈ ਨਾ ਇਹ ਵੀਡੀਓ ਵਿੱਚ ਹੋ ਜੇ ਭਈ ਯੂਸਫ ਆਈਏ ਜਿਹੜਾ ਨਾ ਇਹ ਬਾਜੀ ਤੇ ਕੱਟੀ ਹੈ ਤਾਂ ਕਿ ਮਾਸ਼ਾਅੱਲਾ ਤੋਂ ਹੋ ਗਈ ਆ ਨਾ ਤੇ ਲੋ ਜੀ ਬਲਾਲ ਝੋਟੀ ਵਹਾ ਕੇ ਤੇ ਕੱਟੀ ਜਿਹੜੀ ਹੈ ਨਾ ਉਹ ਵੀ ਨਾਲ ਹੀ ਜਿਹੜਾ ਨਾ ਵਹਾ ਸਕਦੀ ਹੈ ਕਿੰਨਾ ਦੱਸਿਆ ਜੀ ਅੱਜ ਤੱਕ 15 ਕਿਲੋ ਦੀ ਜੀ ਸਾਡੀ ਗਰੰਟੀ ਹੈ ਸਾਡੇ ਕੋਲ ਇੱਥੇ ਇੱਕ ਟਾਈਮ ਨਹੀਂ 10 ਟਾਈਮ ਕੋ ਚੋਵੇ ਸਾਡੇ ਮੱਥੇ ਤੋਂ ਵੱਟ ਵੈਰੀ ਗੁੱਡ ਜੀ ਜਿੰਨੇ ਜੋਗੇ ਆ ਦਾ ਰੋਟੀ ਵੀ ਦੂਰ ਦਿਆਂ ਦੇ ਦਿਆਂ ਦੇ ਉਹ ਜਿੰਨੇ ਜੋਗੇ ਆ ਜੀ ਬਿਲਕੁਲ ਠੀਕ ਹੈ 10 ਟਾਈਮ ਨਹੀਂ ਕੋ ਝੋਟੀ ਆਪਣੀ ਚੋਵੇ ਸਾਡੇ ਮੱਥੇ ਤੋਂ ਵੱਟ ਨਹੀਂ ਬੰਨਾ ਵੇ ਬਣਾ ਕੇ ਸਾਡੀ ਝੋਟੀ ਇੰਨੀ ਵਾਰੀ ਚੁੰਦੇ ਕਿਉਂ ਜੀ ਬਿਲਕੁਲ ਜੀ ਜਿਹੜਾ ਦੱਸੇ ਆ ਨਾ ਦੁੱਧ ਬੋਲਾ ਉਹ ਆਪਣੀ ਤਸੱਲੀ ਕਰੇ ਤਸੱਲੀ ਕਰਨ ਇੱਕ ਟਾਈਮ 10 ਟਾਈਮ 4 ਟਾਈਮ 5 ਟਾਈਮ ਜਦੋਂ ਤਸੱਲਾ ਹੋਵੇ ਉਦੋਂ ਲੈ ਵੈਰੀ ਗੁੱਡ ਜੀ ਲੋ ਜੀ ਭਾਈ ਯੂਸਫ ਕਿੰਨੇ ਦੀ ਝੋਟੀ ਤੁਸੀਂ ਦੇ ਸਕਦੇ ਹੋ ਭਾਈ ਸ਼ਾਨ ਆ ਜੇ ਤੇ ਤਾਂ ਮੁੱਲ ਕਰੀਏ ਤਾਂ ਬਹੁਤ ਹੈ ਠੀਕ ਹੈ ਮੁੱਲ ਸ਼ੋਲ ਆਪਣੇ ਕੋਲ ਤੇ ਹੁੰਦੇ ਪਰ ਇਹ ਕੁੜੀਆਂ ਗੱਲਾਂ ਇੰਨੇ ਦੀ ਤੇ ਅੰਜ ਨਹੀਂ ਕਰਦੀ ਠੀਕ ਹੈ 6 ਲੱਖ ਤੇ 80,000 ਰੁਪਏ ਦਾ ਮੁੱਲ ਹੈ ਸਾਡੇ 6 ਲੱਖ ਦੀ ਤੁਹਾਨੂੰ ਪਸੰਦ ਆਵੇ ਜੀ ਉਧਾਰ ਭਾਰੀ ਆ ਕੇ ਤਸੱਲਾ ਕਰੇ ਬੰਦਾ ਵੈਰੀ ਗੁੱਡ ਜੀ 6 ਲੱਖ ਤੇ 50,000 ਹਾਂ ਜੀ 6 ਲੱਖ ਭਰਾ ਨੂੰ ਪਸੰਦ ਆਵੇ ਨਾ ਝੋਟੀ ਨੰਬਰ ਜਿਹੜੀ ਹੈ ਨਾ ਹਾਂ ਸਾਡੀ ਝੋਟੀ ਠਾਰ ਦੀ ਦਰਿਆ ਦੀ ਨਾ ਆਵੇ ਫੇਰ ਅਸੀਂ ਤੁਰਮ ਚੁਰਮਦਾਰ ਜੀ ਬਿਲਕੁਲ ਜੀ ਉਹਦੇ ਤੁਹਾਡੀ ਤਸੱਲੀ ਹੋਵੇ ਇਹਨਾਂ ਜਾਓ ਜੀ ਅੱਗੇ ਕੋਲੋਂ ਜੇ ਨੰਬਰ ਜਿਹੜੀ ਹੈ ਤੇ ਤਿੰਨ ਮੁੱਛ ਬੱਗੀ ਜਿਹੜਾ ਮੁੱਛ ਬੱਗੀ ਹੈ ਜੀ ਛਿੱਗੀ ਮੂੰਹ ਜਵੇਂ ਠੀਕ ਹੈ ਦੂਸਰੇ ਸੂਏ ਵੇ ਇਹਨੂੰ ਪਹਿਲਣ ਮੀਆਂ ਕੀ ਤੇ ਬਣ ਜਾਂਦੀ ਹੈ ਪਰ ਲਾ ਦੂਜਣ ਵੈਰੀ ਗੁੱਡ ਜੀ ਜਿਹੜੀ ਗੱਲ ਜੈਨੂਇਨ ਹੈ ਨਾ ਇਹ ਉਹ ਹੀ ਕਰਨੀ ਹੈ ਦੂਜਣੇ ਤੇ ਦੂਜਣ ਹੀ ਦੱਸਣਾ ਹੈ ਤੇ ਥਾਣ ਚੈੱਕ ਕਰ ਲੈਣਾ ਲਿਬਾਸ ਜਿਹੜਾ ਹੈ ਨਾ ਇਹ ਝੋਟੀ ਦਾ ਚੈੱਕ ਕਰ ਲੈਣਾ ਭਈ ਦੂਸਰਾ ਭਾਈ ਸ਼ਾਨ ਆਪਣੀ ਕਿਸੇ ਮੱਝ ਜਾਈਏ ਤੱਕ ਥਾਣ ਚ ਧਾਰ ਨਹੀਂ ਪਾਈ ਜੀ ਉਹ ਸਾਹਮਣੇ ਨਜ਼ਰ ਆਉਂਦਾ ਠੀਕ ਹੈ ਜੀ ਜੀ ਕੋਈ ਡਾਕਾ ਨਹੀਂ ਰਾਤੀ 12 ਵਜੇ ਦੀਆਂ ਸਾਡੀਆਂ ਮੱਝਾਂ ਚੋਈਆਂ ਨੇ ਠੀਕ ਹੈ ਹੁਣ ਇੱਕ ਦਾ ਟਾਈਮ ਹੋ ਗਿਆ ਜੀ ਬਿਲਕੁਲ ਠੀਕ ਹੈ ਜੀ ਇੱਕ ਕਿਸੇ ਮੱਝ ਦਾ ਜਿਹੜਾ ਨਾ ਸਾਡੀ ਮੱਝ ਨਹੀਂ ਜਾਈਏ ਤੱਕ ਥਾਣ ਚ ਧਾਰ ਨਹੀਂ ਪਾਈ ਜੀ ਬਿਲਕੁਲ ਉਹ ਚਾਰੇ ਥਾਣ ਹੱਲਦੇ ਪੈਨੇ ਭਰਾਵਾਂ ਨੇ ਆਪ ਚੈੱਕ ਕਰ ਲੈਣੇ ਨੇ ਟੈਮੋ ਟਾਈਮ ਜਿਹੜਾ ਕਿਉਂਕਿ ਮੱਝ ਧਾਰ ਉਦੋਂ ਪਾਉਂਦੀ ਹੈ ਜਦੋਂ ਮੱਝ ਨੂੰ 5 ਘੰਟੇ ਆਪਣੇ ਟਾਈਮ ਉੱਤੇ ਲੰਘਾ ਠੀਕ ਹੋ ਗਿਆ ਜੀ 6ਵੇਂ ਘੰਟੇ ਤੇ ਜਾ ਕੇ 18 ਘੰਟਿਆਂ ਬਾਅਦ ਮੱਝਾਂ ਧਾਰਾਂ ਪਾਉਂਦੀਆਂ ਵੈਰੀ ਗੁੱਡ ਜੀ ਟੈਮੋ ਟਾਈਮ ਇਸੇ ਤਰ੍ਹਾਂ ਹੋਊਗਾ ਇਸੇ ਤਰ੍ਹਾਂ ਇਦੋਂ ਬਾਅਦ ਹੁੰਦੀਆਂ ਟੈਮੋ ਟਾਈਮ ਇਨਸ਼ਾਅੱਲਾ ਠੀਕ ਹੋ ਗਿਆ ਭਈ ਯੂਸਫ ਕਿੰਨੇ ਦਿਨ ਹੋ ਗਏ ਜੀ ਝੋਟੀ ਨੂੰ ਸੋਏ ਇਹਨੂੰ ਜੀ ਅੱਜ
ਚੌਥਾ ਦਿਨ ਅੱਠਵੀਂ ਚਵਾਈ ਸ਼ਾਮ ਨੂੰ ਇਹਦੀ ਹੋਣੀ ਹੈ ਬੱਚਾ ਇਹਦਾ ਪੂਰਾ ਕੱਟੇ ਕਿ ਕੱਟੀ ਹੈ ਕੱਟਾ ਤੇ ਮਗਰ ਕੱਟਾ ਨਾ ਹਾਂਜੀ ਕੱਟਾ ਠੀਕ ਹੋ ਗਿਆ ਲੋ ਜੀ ਕੱਟਾ ਆਪ ਝੋਟੀ ਜਿਹੜੀ ਇਹ ਕਾਲੀ ਹੈ ਤੇ ਮਗਰ ਕੱਟਾ ਜਿਹੜਾ ਨਾ ਦੂਸਰਾ ਭਾਈ ਸ਼ਾਨ ਆ ਝੋਟੀ ਜਿਹੜੀ ਹੈ ਨਾ ਝੋਟੀ ਵੇਖ ਕੇ ਹੀ ਜਾਬਰ ਗੁਜਰਾਲੇ ਦਾ ਠੀਕ ਹੈ ਝਾਲੀ ਭਾਈ ਪਾਸ ਦਾ ਉਹਨੇ ਬਿਆਨਾ ਵੀ ਮੈਨੂੰ 20,000 ਰੁਪਇਆ ਦਿੱਤੇ ਆ ਝੋਟੀ ਦਾ ਠੀਕ ਹੈ ਪਰਸੋਂ ਉਹਨੇ ਝੋਟੀ ਲਈ ਹੈ ਜੀ ਪਰਸੋਂ ਜਿਸ ਦਿਨ ਗਏ ਨੇ ਉਸੇ ਦਿਨ ਉਹਦੇ ਵਾਲਾ ਸਾਹਿਬ ਫੌਤ ਹੋ ਗਿਆ ਠੀਕ ਹੋ ਗਿਆ ਉਹਨੇ ਮੈਨੂੰ ਫੋਨ ਕੀਤਾ ਭਾਈ ਜੇ ਆਉਂਦੇ ਹਾਂ ਤੁਸੀਂ ਆ ਕੇ ਝੋਟੀ ਲੈ ਜਾਂਦੇ ਹਾਂ ਸੁਬਾਹ ਮੇਰੇ ਵਾਲਾ ਸਾਹਿਬ ਫੌਤ ਹੋ ਗਏ ਨੇ ਸਾਡਾ ਦਸਵੇਂ ਤੱਕ ਨਹੀਂ ਜਾਣ ਜੇ ਸਾਡਾ ਬਿਆਨਾ ਵਾਪਸ ਦੇਣਾ ਹੀ ਤੇ ਦੇਸ਼ ਆ ਨਹੀਂ ਦੇਣਾ ਤੇ ਭਾਈ ਨਾ ਦੇ ਤੇਰੀ ਖੁਸ਼ੀ ਹੈ ਠੀਕ ਹੈ ਪਰ ਸਾਡੀ ਉਹ ਸੋਨੇ ਦੀ ਮੋਹਰ ਹੈ ਜਿਸ ਟਾਈਮ ਆਵੇ ਉਹ ਭਾਜੀ ਆਪਣਾ ਬਿਆਨਾ ਲੈ ਜੇ 6 ਲੱਖ ਤੇ 5,00,000 ਤੇ 80,000 ਦੀ ਉਹਨੂੰ ਝੋਟੀ ਦਿੱਤੀ ਸੀ ਠੀਕ ਹੈ ਜੇ ਕਿਸੇ ਭਰਾ ਨੂੰ ਪਸੰਦ ਆਵੇ ਜੀ ਝੋਟੀ ਪਸੰਦਾ ਕਰਕੇ ਉਹਨੇ ਦੀ ਭਾਜੀ ਵੈਰੀ ਗੁੱਡ ਜੀ ਭਾਈ ਯੂਸਫ ਕਿੰਨਾ ਬੋਲਾ ਜਾਂਦਾ ਹੈ ਇਸ ਟਾਈਮ ਬੋਲਾ ਜੀ ਇਹਦੇ ਕੋਲ 12 ਕਿਲੋ ਤੇ 12 ਕਿਲੋ 12 ਕਿਲੋ ਠੀਕ ਹੋ ਗਿਆ ਦੂਸਰਾ ਉਹਦਾ ਨੰਬਰ ਲੈਣਾ ਤੇ ਭਾਜੀ ਮੈਂ ਨੰਬਰ ਵੀ ਵਿੱਚ ਬੋਲ ਦੇਣਾ ਬੇਸ਼ੱਕ ਆਪਣੀ ਤਸੱਲਾ ਕਰ ਲੈ ਕੋਈ ਆਪਣੀ ਗਲਤ ਬਿਆਨੀ ਹੋਵੇ ਖਾਦ ਵਾਲੀ ਫੈਕਟਰੀ ਉਸ ਬੰਦੇ ਦੀ ਠੀਕ ਹੈ ਜੀ ਭਾਈ ਬਾਤ ਦਾ ਧਿਆਨ ਬੂਰੇ ਰੰਗ ਦਾ ਜਿਹੜਾ ਕੱਟਾ ਤੇ 5 ਕਲਿਆਣ ਜਿਹੜਾ ਨਾ ਲਿਆਓ ਜੀ ਅੱਗੇ ਖੋਲੋ ਜੀ ਝੋਟੀ ਨੰਬਰ ਜਿਹੜੀ ਇਹਨਾਂ ਜੀ 4 ਭਾਈ ਯੂਸਫ ਪਹਿਲਣਾ ਜੀ ਭਾਜੀ ਛਿੱਕੀ ਮੂੰਹ ਜਿਵੇਂ ਠੀਕ ਹੈ ਦੂਸਰਾ ਬੱਚੇ ਤੇ ਝੋਟੀ ਕੋਈ ਨਹੀਂ ਮਿਲਦੀ ਠੀਕ ਹੈ ਠੀਕ ਹੈ ਜੀ ਜੀ ਠੀਕ ਹੋ ਗਿਆ ਇੱਕ ਟਾਈਮ ਬੱਚੇ ਤੇ ਮਿਲ ਪੈਂਦੀ ਹੈ ਪਰ 10-15 ਮਿੰਟਾਂ ਤੋਂ ਬਾਅਦ ਮਿਲਦੀ ਠੀਕ ਹੋ ਗਿਆ ਜੀ ਠੀਕ ਹੈ ਜੀ ਪਹਿਲੇ ਦਿਨ ਇਹਨਾਂ ਕੋਈ ਲੱਤਾਂ ਛੱਤਾਂ ਵੀ ਮਾਰੀਆਂ ਨੇ ਹੁਣ ਖੋਲ ਚੋ ਕੇ ਬਿਲਕੁਲ ਚੋਣ ਲਗਿਆ ਹਿਲਦੀ ਵੀ ਨਹੀਂ ਲੱਤ ਵੀ ਨਹੀਂ ਲੱਗਦੀ ਭਾੜੇ ਲੱਗ ਗਈ ਹੈ ਨਹੀਂ ਭਾੜੇ ਤੇ ਵੀ ਨਹੀਂ ਭਾੜੇ ਵੀ 10 ਮਿੰਟ ਬੱਚਾ ਛੱਡਣਾ ਥੱਲੇ ਤੇ ਇਹਨੇ ਪਸੰਦ ਆਇਆ ਠੀਕ ਹੋ ਗਿਆ ਛੱਡਦਿਆ ਨਹੀਂ ਪਸੰਦ ਠੀਕ ਹੋ ਗਿਆ ਜੀ ਤੇ ਪਹਿਲੇ ਦਿਨ ਤੇ ਗੱਡੀ ਦੇ ਵਿੱਚ ਹੀ ਇਹ ਸੂਈ ਸੀ ਹੁਣ ਅੱਲਾ ਹੈਰ ਕਰੇ ਤੇ ਬੱਚੇ ਤੇ ਪਸਮਣ ਲੱਗ ਪਈ ਏ ਪਰ ਪਸਮ ਦੀ 5-7 ਮਿੰਟ ਲਾ ਦੇਖੋ ਜੀ ਜਿਹੜੀ ਗੱਲ ਹੈ ਇੱਥੇ ਆ ਕੇ ਵੇਖੋ ਕਿਸੇ ਨਾਲ ਬੰਦਾ ਬਲਾ ਕੇ ਤੇ ਕਿਸੇ ਨਾਲ ਬੰਦਾ ਗਲਤ ਕੰਮ ਕਰੇ ਨਾ ਕੰਮ ਕਰੇ ਤੇ ਆਏ ਨੂੰ ਦੱਸੇ ਦੋ ਚਾਰ ਉਹਦਾ ਫਾਇਦਾ ਨਹੀਂ ਹੈ ਪਹਿਲਾਂ ਦੱਸਣਾ ਚਾਹੀਦਾ ਜਿਹੜੀ ਵੀ ਗੱਲ ਹੋਵੇ ਨਾ ਉਹ ਵੀਡੀਓ 'ਚ ਵਜ਼ਾਹਤ ਕਰੋ ਤਾਂ ਕਿ ਜਿੱਥੋਂ ਵੀ ਘਬਰਾ ਟੁਰੇ ਨਾ ਉਹਦੇ ਜ਼ਿਹਨ ਵਿੱਚ ਹੋਵੇ ਕਿ ਭਾਈ ਮੁੰਡਾ ਮੂੰਹ ਚੱਕ ਦੇ ਕੇ ਵਹਾ ਦਿੰਦਾ ਛਿੱਕੀ ਇਹ ਝੋਟੀ ਠੀਕ ਹੈ ਸਾਰੀਆਂ ਝੋਟੀਆਂ ਦੀਆਂ ਨਸਲਾਂ ਬੰਤਰਾਂ ਨਹੀਂ ਹੋਣ ਲਈ ਜੀ ਬਿਲਕੁਲ ਛਿੱਕੀ ਝੋਟੀ ਹੈ ਛਿੱਕੀ ਇਹ ਝੋਟੀ ਕੋ ਬੰਦੇ ਜਿਹੜੀ ਵੱਡੀ ਝੋਟੀ ਜੀ ਬਿਲਕੁਲ ਮਗਰ ਕੱਟਾ ਸਮਝੀ ਮਗਰ ਕੱਟੀ ਇਹ ਬੱਚਾ ਦੇਖੋ ਜੀ ਕੱਟੀ ਹੈ ਨਾ ਮਾਸ਼ਾਅੱਲਾ ਦੋ ਹੋ ਗਏ ਇਹ ਭਾਈ ਯੂਸਫ ਬੰਗੇ ਲੱਗੀ ਹੈ ਨਾ ਜੀ ਭਾਜੀ ਬੰਗੇ ਲੱਗੀ ਬੰਗਾ ਲੱਤਾਂ ਨੇ ਤਾਂ ਹੀ ਥੋੜੀਆਂ ਛਿੱਲੀਆਂ ਨੇ ਬੰਗਾ ਆਹ ਲਾਇਆ ਠੀਕ ਹੋ ਗਿਆ ਜੀ ਅਗਲੀਆਂ ਲੱਤਾਂ ਤੋਂ ਦੇਲਦੀ ਹੀ ਨਹੀਂ ਜੀ ਠੀਕ ਪਰ ਲਾਹਾਂ ਪਿਛਲਾ ਲਾਇਆ ਚੈੱਕ ਕਰ ਲਓ ਛਿੱਕੀ ਹੋਵੇ ਜੀ ਬਿਲਕੁਲ ਛਿੱਕੀ ਹੈ ਜਿਹੜਾ ਨਾ ਉੱਥੇ ਬੰਨੋ ਸੋ ਜੀ ਇੱਕ ਵਾਰੀ ਬੁਲਾ ਲਓ ਲਪਾਸ ਤੇ ਥਾਣ ਜਿਹੜਾ ਨਾ ਵਹਾਣ ਦੁੱਧ ਕਿੰਨਾ ਕੁ ਦੁੱਧ ਜੀ ਆਸਾ ਮੈਂ ਦੇਖੋ ਇਹਦਾ ਜੀ 12 ਕਿਲੋ ਬੋਲਾ ਪੂਰੀ ਨਿਚੋੜ ਦਾ 5 ਦਿਨਾਂ ਦੀ ਸੂਈ ਦੇ ਥੱਲੇ ਚੋ ਕੇ ਤਸੱਲਾ ਕਰਕੇ ਸਾਡੇ ਨੂੰ ਕੋਈ ਇਤਰਾਜ਼ ਨਹੀਂ ਕੋਈ ਮਿਣੇ ਕੋਈ ਟੋਲੇ ਇਸ ਤਰ੍ਹਾਂ ਮਰਜ਼ੀ ਕੋ ਤਸੱਲਾ ਕਰਕੇ 12 ਕਿਲੋ ਪਹਿਲਣ ਦਾ ਪਹਿਲਣ ਵੈਰੀ ਗੁੱਡ ਜੀ ਪਹਿਲਣ ਦਾ ਭਾਈ ਜਾਨ ਆਪਣੀਆਂ ਮੱਝਾਂ ਬਾਰਦੀਆਂ ਨੇ ਤੇ ਮੈਂ ਕੰਮ ਨਹੀਂ ਆਇਆ ਮੱਝ ਵਸੇਗੀ ਨਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਾਡੀਆਂ ਮੱਝਾਂ ਅੱਗੂ ਨਵੇਂ ਦੁੱਧ ਹੋ ਕੇ ਵੀ 8 ਮਹੀਨੇ ਮਿਲਣ ਜੀ ਬਿਲਕੁਲ ਜੀ ਇਹ ਵਸਣ ਗਈਆਂ ਮੱਝ ਵਸੇ ਤੇ ਮਾਲਕ ਅਸੇ ਭਾਈ ਯੂਸਫ ਕਿੰਨੇ ਦੀ ਝੋਟੀ ਦੇ ਸਕਣੀ ਹੈ ਭਾਈ ਸ਼ਾਨ ਜੇ ਤੇ ਝੋਟੀ ਬੱਚਾ ਲੈਂਦੀ ਤੇ ਫੇਰ ਤੇ ਦਾ ਮੁੱਲ ਹੋਰ ਹੀ ਖਰੀਦੀ ਵੀ ਹੋਰ ਤਰ੍ਹਾਂ ਕਰਕੇ ਠੀਕ ਹੈ ਹੁਣ ਝੋਟੀ ਦੇ ਛੜਾ ਤੇ 3 ਲੱਖ ਚੱਲਣੇ ਦਾ ਜਿਸ ਭਰਾ ਨੂੰ ਪਸੰਦ ਆਵੇ ਇਹਦੇ ਚ ਕੋਈ ਸੌਦੇਬਾਜ਼ੀ ਨਹੀਂ ਹੋਣੀ ਠੀਕ ਹੈ ਜੇ ਪਿਛਲੇ ਘਰ ਦਾ ਕਿੱਲਾ ਪੁੱਛਣਾ ਤੇ ਕੋਈ 10,000 ਨਫਾ ਦੇ ਛੜੇ ਤੇ ਅਸੀਂ ਭਾਜੀ ਕੋਲ ਦੇ ਛੜਾ ਇਹ ਇੱਕ ਜੂ ਜਾਂ ਸਾਰੀਆਂ ਵੇਚੋ ਜੇ ਇੱਕ ਤੂੰ ਕੱਲੀ ਕੱਲੀ ਜੂ ਹੈ ਨਾ ਮੈਂ ਇਹ ਵਜ਼ਾਹਤ ਕੀਤੀ ਹੈ ਕਿ ਜੇਕਰ ਸਾਰੀਆਂ ਚ ਕੋਈ ਨਫਾ ਦੇ ਛੜਾ ਹੈ ਨਾ ਚਲੋ ਫਿਰ ਤੁਹਾਡੇ ਨਾਲ ਆਪਣੀ ਗੱਲ ਕਰ ਲੈਗਾ ਪਰੇਸ਼ਾਨ ਹੈ ਨਫੇ ਤੇ ਵੀ ਕੋ ਮੁਕਿਆ ਤੇ ਪਿਛਲਾ ਕਿੱਲਾ ਦਸਾਂ ਦੇ ਹੱਕ ਲਾਲ ਦੀ ਲਾਹ ਦੇ ਰਾਮ ਦੀ ਨਹੀਂ ਬੱਚਾ ਨੂੰ ਵੈਰੀ ਗੁੱਡ ਜੀ ਜੈ ਜੀ ਰੋਜ਼ੀ ਜਿਹੜੀ ਹੈ ਨਾ ਉਹ ਲੈਣੀ ਲਓ ਜੀ ਅੱਗੇ ਖੋਲੋ ਜੀ ਨੰਬਰ ਜਿਹੜੀ ਹੈ ਨਾ ਇਹ 5 ਲੋ ਜੀ ਆ ਗਈ ਹੈ ਢਾਲ ਤਲਵਾਰ ਜਿਹੜਾ ਨਾ ਭਾਈ ਯੂਸਫ ਇਹ ਸਵੇਰ ਕੇ ਲਿਆ ਜੇ ਝੋਟੀ ਪਰੇਸ਼ਾਨ ਹੈ ਦੂਸਰਾ ਸਵੇਰ ਲਿਆ ਝੋਟੀ ਨੇ ਤੇ ਝੋਟੀ ਦੀਆਂ ਵੇਲਾਂ ਤੇ ਨਸਲ ਤੇ ਧੌਣਾ ਤੇ ਕੰਨੀਆਂ ਜੀ ਇਹ ਹੁਣ ਥਣ ਚੱਡਾ ਭਾਈ ਬਲਾ ਲੱਗੀ ਪਿਆ ਵਹਾਂਦਾ ਤੇ ਜਿਹੜਾ ਭਰਾ ਵੇਖੇਦਾ ਨਾ ਠੀਕ ਹੈ ਉਹਦਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਦਿਲ ਰਾਜ਼ੀ ਹੋਵੇ ਦਾ ਕਿਸੇ ਕੋ ਸ਼ਾਇ ਵਹਾਈ ਹੈ ਜੀ ਬਿਲਕੁਲ ਕਿਸੇ ਥਣ ਜਦੋਂ ਪਸਮੇ ਦੀ ਇੰਜ ਠੋਕ ਛੜੇ ਦੀ ਜਿਵੇਂ ਕਿੱਲੇ ਠੋਕੀ ਜੀ ਬਿਲਕੁਲ ਪਸਮ ਕੇ ਜਿਹੜਾ ਪਸਮ ਕੇ ਇਹ ਤੇ ਇੰਜ ਆਪਣੀ ਮੱਝ ਕਿਸੇ ਧਾਰ ਨਹੀਂ ਪਾਈ ਜੀ ਉਹ ਸਾਹਮਣੇ ਨਜ਼ਰ ਆਉਂਦਾ ਨਾ ਸਾਰੀ ਜ਼ਿੰਦਗੀ ਡਾਕਾ ਲਾ ਕੇ ਵਹਾਣੀਆਂ ਨੇ ਨਾ ਵਹਾਈਆਂ ਨੇ ਜੇ ਮੱਝਾਂ ਲਿਆਉਣੀਆਂ ਨੇ ਜਾ ਕੇ ਠਾਰਦੀਆਂ ਨੀਲੀ ਦਰਿਆ ਦੀਆਂ ਤੇ ਫੇਰ ਵੀ ਡਾਕੇ ਲਾਣੇ ਨੇ ਤੇ ਟਾਮੋ ਟਾਮ ਹਾਣੀਆਂ ਠੀਕ ਹੋ ਗਿਆ ਜੀ ਲੋ ਜੀ ਭਾਈ ਯੂਸਫ ਇਹ ਝੋਟੀ ਨੂੰ ਕਿੰਨੇ ਦਿਨ ਹੋ ਗਏ ਜੇ ਸੋਏ ਆ ਇਹਨੂੰ ਝੋਟੀ ਨੂੰ ਜੀ ਅੱਜ ਚੌਥਾ ਦਿਨ ਸੁਵੇ ਆ ਠੀਕ ਹੋ ਗਿਆ ਚੌਥਾ ਦਿਨ ਨੇ ਜੇ ਸੋਏ ਆ ਮਗਰ ਇਹਦੇ ਕੱਟਾ ਆ ਸਾਹਮਣੇ ਖੜੇ ਆ ਜੀ ਠੀਕ ਹੋ ਗਿਆ ਬਲਾਲ ਵਹਾ ਖੜ ਕੇ ਨਾ ਕੱਟਾ ਲਿਆ ਭਾਈ ਇਹ ਤਾਂ ਖੋਲ ਕੇ ਨਾਲ ਹੀ ਲਾਇਆ ਵਹਾ ਕੇ ਨਾ ਫਿਰ ਕੱਟਾ ਜਿਹੜਾ ਹੈ ਨਾ
तसली करा लेनी है ना 14 किलो की हाजर मौके तसली यूसुफ परिवार झोटी दूजन किसी भरा पसंद आवे कि झोटी दे सकनी है झोटी जिथे मर्जी को बह के उथे ही पास कर ले उथे ही चोल है कोई जा नहीं छड़ना कोई पड़ा नहीं पाना कोई बच्चा नहीं लाना बिलकुल जिथे दिल करे इन छड़ के चो इनी सऊ है दूजी भाई बिलाल वहां लगे ने वेल अड्डिया अगू अल्लाह मेरे नु पता है दूसरा एडी वड्डी मज हो के जे थले धुनी बहा देना को बंदा मज फ्री लभ्या ने लभ लगे
ਬਹਾਦ ਹੈ ਤਾਂ ਫ੍ਰੀ ਜੀ ਬਿਲਕੁਲ ਠੀਕ ਹੈ ਲਾਲ ਨੇ ਬਹਾਦ ਸੰਡੇ ਤੇ ਕੋਲੀ ਵੀ ਤੁਹਾਨੂੰ ਨਜ਼ਰ ਵੀ ਆਉਂਦੀ ਹੈ ਠੀਕ ਹੈ ਤੇ ਇਸ ਤਰ੍ਹਾਂ ਦੀਆਂ ਮੱਝਾਂ ਚਲੋ ਮੇਰਾ ਭਾਈ ਹੈ ਤੁਸੀਂ ਅੱਲਾ ਪਾਕ ਤੁਹਾਨੂੰ ਜ਼ਿੰਦਗੀ ਦੇ ਤੇ ਚੱਲਣ ਹਮੇਸ਼ਾ ਸਦਾ ਚੱਲਦਾ ਹੀ ਰਵੇ ਜੀ ਬਿਲਕੁਲ ਜੀ ਇਸ ਤਰ੍ਹਾਂ ਦੀਆਂ ਮੱਝਾਂ ਵੱਡੀਆਂ ਤੇ ਸਿੱਧੀਆਂ ਪੱਧਰੀਆਂ ਕਦੀ ਕਦੀ ਵੇਖਣ ਨੂੰ ਲੱਭਦੀਆਂ ਨੇ ਲੱਭਦੀਆਂ ਹੈ ਨੇ ਕਦੀ ਰੋਜ਼ ਨਹੀਂ ਲੱਭਦੀ ਇਹ ਨਸੀਬਾਂ ਨਾਲ ਜਿਹੜਾ ਹੈ ਨਾ ਇਹ ਲੱਭਦੀਆਂ ਲੋ ਜੀ ਭਾਈ ਯੂਸਫ ਨੰਬਰ ਜਿਹੜੀ ਇਹਨਾਂ ਦੇ 7 ਕੱਪੜ ਜਿਹੜਾ ਨਾ ਦੂਜੇ ਚੌਥੇ ਦਿਨ 10 ਜਿਹੜਾ ਨਾ ਇਹ ਲੈਂਦੀ ਹੈ ਤੇ ਨਸਲ ਦੇ ਵੇਲ ਹਾਈਟ ਤੇ ਅੱਡੀ ਜਿਹੜੀ ਹੈ ਨਾ ਇਹਦੇ ਵਿੱਚ ਗੱਲ ਜਿਹੜੀ ਕਿੰਨੇ ਦੀ ਚੋਟੀ ਜਿਹੜਾ ਭਾਈ ਯੂਸਫ ਦੇ ਸੜਨੀ ਹੈ ਭਾਈ ਸ਼ਾਨ ਚੋਟੀ ਦਾ ਮਤਲਬ ਤੁਸੀਂ ਆਇਓ ਖੁਦਦਾਰ ਨੇ ਆ ਜਿੱਦੀ ਉਹਨਾਂ ਦੀ ਇਹਦਾ ਕਰਦਾ ਨਹੀਂ ਮੁੱਲਾਂ ਠੀਕ ਹੈ ਠੀਕ ਹੈ ਇਸ ਵੀਡੀਓ 'ਚ ਸੂਨ ਪਹਿਲਾਂ ਜੇ ਕੋਈ ਚੋਟੀ ਲੈ ਰਿਹਾ ਪੂਰੇ 7 ਲੱਖ ਦੀ ਚੋਟੀ ਵੈਰੀ ਗੁੱਡ ਜੀ ਪੂਰੇ 7 ਲੱਖ ਪੂਰੇ 7 ਲੱਖ ਜੇ ਭਰਾ ਨੂੰ ਪਸੰਦ ਆ ਜੇ ਨਾ ਸੂਨ ਪਵੇ ਜੇ ਚੰਗੀ ਨਿਕਲੀ ਤਾਂ ਮੁੱਲ ਵਧਾ ਲਾਂ ਤੇ ਜੇ ਭੈੜੀ ਨਿਕਲੀ ਤੇ ਇਹਦਾ ਘਟਾ ਵੀ ਲਾਂ ਵੈਰੀ ਗੁੱਡ ਚਲੋ ਜੇ ਬੁਲਾ ਲੈ ਹਾਂ ਦੀ ਘੜੀ ਇਹਦਾ ਮੁੱਲ ਹੈ 70 ਰੁਪਏ ਦਾ ਬੁਲਾ ਲੈ ਕੋਈ ਇਹ ਤੋਂ ਮੁਕੰਮਲ ਜਿਹੜਾ ਨਾ ਇਹ ਸਾਰੀਆਂ ਬਹਾਨੇ ਜਿਹੜਾ ਨਾ ਕੋਈ ਚੋਟੀਆਂ ਜਾਣੇ ਦੇ ਕਿ ਐਂਡ ਆ ਕੇ ਜਿਹੜਾ ਨਾ ਦੋ ਚੋਟੀਆਂ ਜਿਹੜੀਆਂ ਨੇ ਨਾ ਉਹ ਵੀ ਇਨਸ਼ਾਅੱਲਾ ਭਰਾਵਾਂ ਨੂੰ ਟਕਾ ਲੈਣੇ ਲੋ ਜੇ ਭਾਈ ਯੂਸਫ ਇਹ 7 ਤੇ ਹੋ ਗਈਆਂ ਨੇ ਮੁਕੰਮਲ ਇਹਨਾਂ ਦਾ ਜਿਹੜਾ ਮੁੱਲ ਹੈ ਨਾ ਇਹ ਲੱਗ ਕੇ ਜੋੜ ਲੱਗੇ ਦੋ ਚੋਟੀਆਂ ਨੇ ਨੰਬਰ 8 ਤੇ ਨੰਬਰ 9 ਜਿਹੜੀ ਹੈ ਨਾ ਇਹ ਦੋਵੇਂ ਸ਼ੌਕੀਨ ਝੋਟੀਆਂ ਨੇ ਸ਼ੌਕ ਜਿਹੜਾ ਹੈ ਨਾ ਇਹ ਭਰਾਵਾਂ ਨੂੰ ਕਰਾਉਣੇ ਤੇ ਲੈਣੇ ਦੇਣੇ ਜਿਹੜਾ ਨਾ ਇਹ ਨਸੀਬ ਨੇ ਇੱਕ ਝੋਟੀ ਜਿਹੜੀ ਹੈ ਕੱਢਣੇ ਇੱਕ ਝੋਟੀ ਜਿਹੜੀ ਹੈ ਨਾ ਉਹ ਸਹੀ ਹੈ ਤੇ ਉਹ ਵੀ ਇਨਸ਼ਾਅੱਲਾ ਭਰਾਵਾਂ ਨੂੰ ਟਕਾਉਂਦੇ ਆ ਲੋ ਜੀ ਭਾਈ ਯੂਸਫ ਅੱਗੇ ਆ ਗਈ ਜੀ ਨੰਬਰ ਜਿਹੜੀ ਹੈ ਨਾ ਜੀ 8 ਝੋਟੀ ਮਾਸ਼ਾਅੱਲਾ ਹਾਈ ਸ਼ਵੇਲ ਤੇ ਨਸਲ ਜਿਹੜੀ ਹੈ ਨਾ ਭਾਈ ਸਿਆਣਾ ਝੋਟੀ ਦਾ ਹੀ ਹੋ ਤੇ ਹੂੰ ਪੁਰਾਣੇ ਥਾਣੇ ਦੇ ਬੋਲ ਠੀਕ ਹੈ ਠੀਕ ਹੈ ਜੀ ਪੱਟੀਆਂ ਦੇ ਘਰ ਦੀ ਝੋਟੀ ਹੈ ਠੀਕ ਹੈ ਠੀਕ ਹੈ ਜੀ ਝੋਟੀ ਅੱਲਾ ਦੇ ਹੁਕਮ ਨਾਲ ਚਲੋ ਮੈਂ ਗੱਲ ਕਰਨੀ ਤੇ ਨਹੀਂ ਜੀ ਮੇਰੇ ਆਂਦੇ ਨੂੰ ਜੀ ਇੰਜ ਹੋ ਗਿਆ ਤੇ ਇੰਜ ਹੋ ਗਿਆ ਜੀ ਸੁਬਾ ਮੇਰੇ ਮਾਲਕ ਦੇ ਹੁਕਮ ਦੇ ਨਾਲ ਝੋਟੀ ਚੋਈ ਹੈ ਤਾਂ ਬੈਗ ਜਿਹੜੇ ਭਰਾ ਨੇ ਕਿਸੇ ਨੇ ਕੱਲ ਦੀ ਗੱਬਣ ਵੇਖੀ ਹੈ ਨਾ ਉਸ ਭਰਾ ਨੂੰ ਪਤਾ ਤੇ ਦੂਜੇ ਨੂੰ ਪਤਾ ਲਵਾਉਣ ਦੀ ਸਾਨੂੰ ਲੋੜ ਹੀ ਜੀ ਬਿਲਕੁਲ ਜੀ ਇਹ ਤਾਂ ਜਾਓ ਜੀ ਪਿੱਛੇ ਇੱਕ ਵਾਰੀ ਜਿਹੜਾ ਨਾ ਝੋਟੀ ਆਣ ਜੋ ਜਿਹੜਾ ਨਾ ਬੁਲਾ ਲੈ ਫਿਰ ਦੂਸਰੀ ਸਾਈਡ ਤੋਂ ਹੋ ਕੇ ਜਿਹੜਾ ਨਾ ਤੇ ਵੇ ਤੇ ਜਿਹੜਾ ਖਾਣ ਹੈ ਨਾ ਇਹ ਝੋਟੀ ਦਾ ਜਿਹੜਾ ਨਾ ਇਹ ਦੂਸਰਾ ਠੱਪੇ ਲੱਗੇ ਨੇ ਝੋਟੀ ਨੂੰ ਮਿੰਚਣਾ ਬਾਦ ਝੋਟੀ ਲਈ ਸੀ ਜੀ ਪੱਤਣ ਦੇ ਉੱਤੇ ਲਈ ਸੀ
अल्लाह पाक खैर करे जे से भरा हो ये दिहाड़े को 15-20 जेड़ा है ना ये दिन दूसरा अपने माई नु दाग कच्चा नहीं होण लगा जी बिल्कुल पक्का दाग होवे जी जेड़ा टप्पा है दा टप्पा जेड़ा ना कच्चा दाग नहीं होण लगा जेड़ा लै के ला लेंदे ने ओने पक्का ओरिजिनल दाग होवे जी ओरिजिनल जेड़ा टप्पा है ना वो लगे है हड्डी जेड़ी है ना एक है ਤੁਹਾਡੀ ਭਾਈ ਜੀ ਉਦੋਂ ਇਹਦੀਆਂ ਵੀ ਗੱਲਾਂ ਪਹੁੰਚਦੀਆਂ ਹੋਣੀਆਂ ਇਹਦੀਆਂ ਜੀ ਗੱਲਾਂ ਤਿਆਰ ਹੋਈ ਤੇ ਫੇਰ ਠੀਕ ਹੋ ਗਿਆ ਜੀ ਇਹਨਾਂ ਦੋਵਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਇਹ ਫੋਨ ਤੇ ਹੀ ਹੋਣੀਆਂ ਨੇ ਲੋ ਜੀ ਝੋਟੀ ਜਿਹੜੀ ਹੈ ਨਾ ਇੱਕ ਵਾਰੀ ਫੇਰ ਨੰਬਰ ਜਿਹੜੀ ਹੈ ਨਾ 8 ਤੇ ਨੰਬਰ 9 ਇਹ ਦੋਵੇਂ ਦੇਖ ਲੈਣੀਆਂ ਨੇ ਜਿਹੜੀ ਕਿਸੇ ਭਰਾ ਨੂੰ ਪਸੰਦ ਆਵੇ ਇਕੱਲੀ ਜਾਂ ਜੋੜਾ ਜੋੜਾ ਜਿਹੜਾ ਨਾ ਇੱਕ ਵਾਰੀ ਇਹ ਬਰਾਬਰ ਕਰੋ ਜਿਹੜਾ ਨਾ ਬਲਾਲ ਇੱਕ ਵਾਰੀ ਵਿਖਾਏ ਇਹ ਭਾਈ ਯੂਸਫ ਨਾਲ ਰਾਬਤਾ ਕਰਕੇ ਜਿਹੜਾ ਨਾ ਇਹਨਾਂ ਦਾ ਮੁੱਲ ਹੈ ਨਾ ਉਹ ਭਾਈ ਯੂਸਫ ਕੋ ਪੁੱਛ ਲੈਣਾ ਦਰਸ ਇੱਕ ਵਾਰੀ ਫੇਰ ਦਰਾ ਦਿੰਦਾ ਵਾ ਕਿ ਜ਼ਿਲ੍ਹਾ ਤਹਿਸੀਲ ਜਿਹੜਾ ਨਾ ਜੀ ਇਹਨਾਂ ਦਾ ਵਜ਼ੀਰਾਬਾਦ ਪਿੰਡ ਜਿਹੜਾ ਜੀ ਇਹਨਾਂ ਦਾ ਭਰਾ ਮੈਂ ਭਾਈ ਯੂਸਫ ਜੱਟ ਦੀ ਜਿਹੜਾ ਨਾ ਅਤੇ ਮੇਰੀ ਇਹ ਜੋੜਾ ਜਿਹੜਾ ਨਾ ਇਹ ਵੀ ਚੈੱਕ ਕਰ ਲੈਣਾ ਇੱਕ ਵਾਰੀ ਬਲਾਲ ਆ ਜਾਣਾ ਜਿਹੜਾ ਨਾ ਫੋਨ ਨੰਬਰ ਜਾਂ ਇੱਕ ਵਾਰੀ ਫਿਰ ਕੈਮਰਾ ਮਾਰ ਕੇ ਜਿਹੜਾ ਨਾ ਅਤੇ ਫਿਰ ਇੱਕ ਵਾਰੀ ਵੀਡੀਓ ਜਿਹੜਾ ਨਾ ਕਰਾਂਗੇ ਖਤਮ ਨੰਬਰ ਭਾਈ ਯੂਸਫ ਆਪਣਾ ਬੋਲੋ ਜਿਹੜਾ ਸਕਰੀਨ 'ਤੇ ਲਾਉਣਾ ਜੇ ਪਰੇਸ਼ਾਨ 0347-53-17-53 करो फोन 4 घंटे ते साडा भी हक बनदा जी बिल्कुल सोना जेड़ा है हाँ बिल्कुल 4 बजे तो सुबह बाद फिर जिस टाइम मर्जी कर लैन ठीक हो गया जोड़ा खोलो ना ते जोड़ा इना ए जोड़ा एक बारी ये खोलो यार एक बारी जोड़ा जोड़ा वहा ए भी भाई शान जिंदगी दा पहला चाणा से दो जोड़ा जोड़ा करके वहा के ना ते जोड़े जोड़े च भरावां नु डिस्काउंट कर ले अपना जिंदगी दा पहला रिकॉर्ड जी ठीक हो गया जी लो जी कल्ली कल्ली दा मुल्ल जेड़ा है ना ए लागियां दे जोड़ा जोड़ा जेड़ा इकट्ठा कीता है ना उना दे विच वीडियो दे विच जेड़ा डिस्काउंट है ना ओ इंशाल्लाह होवे के लो जी भाई यूसुफ दा कोल हो तैयार है तेरा ओके दोवे जेड़ा ने कट के खोलो ए जोड़ा जेड़ा लो जी भाई यूसुफ ए एक जोड़ी पहला ने भाई निशान एक दूजा ने ठीक है जी जी जिंदगी कदी कदी रलदे ने ਝੋਟੀਆਂ
अगली वीडियो नरा मारना जी पाकिस्तान जिंदाबाद।